वड़े वड़े खेतां दे प्लाट कट दिते, वड़े रुखां नूं परिंदियां दे घर ढा गया। चाली पिंडां दी जमीन हो, चाली पिंडां दी जमीन लुधियाना खा गया। चाली पिंडां दी जमीन ਸਾਡਾ ਪਿੰਡ ਹੁਣ ਸ਼ਹਿਰ 'ਚ ਹੀ ਆ, ਤੁਹਾਡਾ ਪਿੰਡ ਵੀ ਜਾਲੀ ਵੀ ਸ਼ਹਿਰ 'ਚ ਹੀ ਆ, ਬੈਂਸ ਵੀ ਸ਼ਹਿਰ 'ਚ ਹੀ ਆ, ਦੇਤਵਾਲ ਵੀ ਸ਼ਹਿਰ 'ਚ ਹੀ ਆ, ਠੀਕ ਆ। ਤਰੀਕਿਆਂ ਦੇ ਸਾਹਮਣੇ ਬਦੋਵਾਲ ਦੇ ਸਾਹਮਣੇ ਸਾਡਾ ਪਿੰਡ ਦੇਤਵਾਲ ਆ ਜਾਂਦਾ, ਠੀਕ ਹੈ ਜੀ। ਇਸੇ ਵੱਲ ਸਾਡਾ ਪਿੰਡ ਨਾਲ ਆ, ਠੀਕ ਹੈ ਜੀ। ਸਾਡੇ ਪਿੰਡ ਇਕੱਠੇ ਦਾਖਿਆਂ ਤੋਂ ਹੋ ਰਹੇ ਆ, ਅਤੇ ਬਦੋਵਾਲ ਦੇ ਅਪੋਜਿਟ ਆ। ਇੰਦਰਜੀਤ ਹਸਨਪੁਰੀ ਸਾਹਿਬ ਦਾ ਮੇਰੇ ਕੋਲ ਹੀ ਪਿੰਡ ਆ। ਇਹ ਧਰਤੀ ਬੜੀ ਭਾਗਾਂ ਵਾਲੀ ਆ ਬਾਜੀ, ਜਿੱਥੇ ਕਲਾਕਾਰ ਪੈਦਾ। ਕਾਂ ਦਾ ਸ਼ਹਿਰ ਵਿੱਚ ਜੀਣਾ, ਪਾਣੀ ਮੁੱਲ ਲੈ ਕੇ ਪੀਣਾ, ਉੱਥੇ ਮਿਲੇ ਨਾ ਨਜ਼ਾਰਾ, ਉੱਥੇ ਮਿਲੇ ਨਾ ਨਜ਼ਾਰਾ, ਠੰਡੀ ਛਾਂ ਵਰੇਗਾ। ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰੇਗਾ, ਹਾਏ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਵਰੇਗਾ। ਭੁੱਖਾਂ ਵਿੱਚੋਂ ਧੀਆਂ ਅਤੇ ਧਰਤੀ 'ਚੋਂ ਪਾਣੀ, ਇੱਥੋਂ ਮੁੱਕ ਗਏ ਜੇ ਦੋਵੇਂ ਹੋ ਜੂ ਖਤਮ ਖਾਣੀ। ਨਸ਼ੇ ਪੱਤੇ ਦੀ ਗੱਲ ਕਰਦੇ ਆ, ਕਹਿੰਦੇ ਵੀ ਬੋਤਲ ਦਾ ਸ਼ਕੀਨਾ ਇੱਕ ਦਿਨ ਲੁੱਟਿਆ ਜਾਵੇਗਾ ਅਤੇ ਖਾਲੀ ਬੋਤਲ ਵਾਂਗੂ ਕਬਾੜ 'ਚ ਸੁੱਟਿਆ ਜਾਵੇਗਾ। ਬਚਦਾ ਨਹੀਂ ਉਹ ਬੰਦਾ ਜਿਹਦੇ ਖੰਜਰ ਖੁੱਭ ਜਾਵੇ ਅਤੇ ਲੱਗਦਾ ਪੰਜ ਦਰਿਆ ਦੀ ਧਰਤੀ ਛੇਵੇਂ ਵਿੱਚ ਨਾ ਡੁੱਬ ਜਾਵੇ। ਜਦੋਂ ਤੁਸੀਂ ਨਵੇਂ ਨਵੇਂ ਜਦੋਂ ਕਲਾਕਾਰ ਬਣੇ ਇੱਕਦਮ, ਤੁਹਾਡਾ ਨਾਮ ਹੋਇਆ, ਤਾਂ ਪਿੰਡ ਦੇ ਲੋਕ ਕਿੱਦਾਂ ਤੁਹਾਡੇ ਨਾਲ ਮਤਲਬ ਉਦੋਂ ਟ੍ਰੀਟ ਕਰਦੇ? ਕਹਿੰਦੇ ਵੀ ਆਪ ਚੰਗਾ ਜੱਗ ਚੰਗਾ। ਮੈਨੂੰ ਸਾਡੇ ਪਿੰਡ ਦੇ ਜਿੰਨੀਆਂ ਸਾਡੀਆਂ ਪੰਚਾਇਤਾਂ ਆਈਆਂ ਨੇ ਉਹਨਾਂ ਦਾ ਬੜਾ ਸਹਿਯੋਗ ਮਿਲਿਆ। ਪਿੰਡ ਦੇ ਨੌਜਵਾਨ ਦੋਸਤ, ਮੇਰੇ ਹਮ ਉਮਰ ਲਾ ਲਓ, ਮੇਰੇ ਤੋਂ ਛੋਟੇ ਲਾ ਲਓ, ਸਾਰਿਆਂ ਦਾ ਬੜਾ ਸਹਿਯੋਗ ਮਿਲਿਆ। ਹੋ ਪੰਜਾਬ ਦੀਏ ਸੁਣ ਕੁੜੀਏ ਨੀ, ਹੋ ਕਦੇ ਗਲਤ ਰਹੀ ਨਾ ਮੁੜੀਏ ਨੀ, ਇੱਥੇ ਠੱਗ ਤਾਂ ਫਿਰਦੇ ਗਲੀ ਗਲੀ, ਇੱਥੇ ਠੱਗ ਤਾਂ ਫਿਰਦੇ ਗਲੀ ਗਲੀ, ਤੈਨੂੰ ਲੈਣਗੇ ਠੱਗ ਕੁੜੇ। ਤੇਰੇ ਪਿਆਰਾਂ ਤੋਂ ਵੱਧ ਲੱਖ ਗੁਣਾ ਤੇਰੇ ਪਿਓ ਦੀ ਪੱਗ ਕੁੜੇ, ਤੇਰੇ ਪਿਆਰਾਂ ਤੋਂ ਵੱਧ ਲੱਖ ਗੁਣਾ ਤੇਰੇ ਪਿਓ ਦੀ ਪੱਗ ਕੁੜੇ। ਬਾਕੀ ਹੌਲੀ ਹੌਲੀ ਮੈਨੂੰ ਮਾਸਟਰ ਟੀਚਰਾਂ ਦਾ, ਸਾਡੇ ਸਰਦਾਰ ਗੁਰਦਿਆਲ ਸਿੰਘ ਜੀ ਪੀ ਟੀ ਆਈ, ਫਿਰ ਮੈਂ ਦਸਵੀਂ ਕਰ ਲਈ, ਫਿਰ ਉਹਨਾਂ ਦਾ ਬੜਾ ਆਸਰਾ ਮਿਲਿਆ। ਉਹਨਾਂ ਨੇ ਮੈਨੂੰ ਕਲਾਕਾਰਾਂ ਨੂੰ ਮਿਲਾਇਆ, ਸਾਡੇ ਉਸਤਾਦ ਨੂੰ ਸੁਰਿੰਦਰ ਛਿੰਦਾ ਜੀ, ਕੁਲਦੀਪ ਮਾਣਕ ਸਾਹਿਬ, ਹੋਰ ਵੀ ਕਾਫੀ ਕਲਾਕਾਰਾਂ ਨੂੰ ਉਹਨਾਂ ਨੇ ਮੈਨੂੰ ਮਿਲਾਇਆ। ਹੁਣ ਯੂਥ ਕੀ ਕਰਦਾ ਆ, ਜ਼ਿਆਦਾਤਰ ਹਿਪ ਹੋਪ ਸੌਂਗ ਹੋ ਗਏ, ਵੈਸਟਰਨ ਕਲਚਰ ਹੋ ਗਿਆ, ਉਹਨੂੰ ਅਡੋਪਟ ਕਰਦੇ ਜਾ ਰਹੇ ਨੇ, ਪਰ ਹਾਲੇ ਵੀ ਬਹੁਤ ਸਾਰਾ ਯੂਥ ਇਹੋ ਜਿਹਾ ਜੋ ਸਾਡੇ ਵਰਗਾ ਹਾਲੇ ਵੀ ਕਲਾਸਿਕ ਸੁਣਦਾ ਆ, ਹਾਲੇ ਵੀ ਪਸੰਦ ਕਰਦਾ ਵਾ ਨਾ, ਵੀ ਅਸੀਂ ਉਹ ਸਾਡਾ ਪੁਰਾਣੇ ਵਾਲਾ ਹਿਸਾਬ ਹੋਵੇ ਵੀ ਅਸੀਂ ਸੁਣੀਏ, ਆਰਾਮ ਦੇ ਨਾਲ ਬੈਠੇ ਹੋਈਏ, ਲਾਈਵ ਕੰਸਰਟ ਹੋਵੇ ਤਾਂ ਲਾਈਵ ਦੇਖੀਏ। ਉਹ ਲਾਈਵ ਅੱਜ ਕੱਲ੍ਹ ਕਿਸੇ ਕੋਲ ਗਾਇਆ ਨਹੀਂ ਜਾਂਦਾ, ਤੁਸੀਂ ਲਾਈਵ ਗਾਉਂਦੇ ਸੀਗੇ? ਅਸੀਂ ਚੰਗੇ ਗੀਤ ਗਾਈਏ, ਗੀਤਕਾਰ ਚੰਗੇ ਗੀਤ ਲਿਖੇ, ਹੈ ਨਾ, ਸੰਗੀਤਕਾਰ ਬਹੁਤ ਚੰਗਾ ਸੰਗੀਤ, ਅਤੇ ਖਾਸ ਕਰਕੇ ਸਰੋਤੇ ਚੰਗੇ ਗੀਤ ਸੁਣਨ ਅਤੇ ਆਪਾਂ ਇਕੱਠੇ ਹੋ ਕੇ ਹਮਲਾ। ਹੁਣ ਪੇਕਿਆਂ ਤੋਂ ਠੰਡੀਆਂ ਹਵਾਵਾਂ, ਵੀਰ ਮੇਰੇ ਰਹਿਣ ਵਸਦੇ ਵੇ, ਵੀਰ ਮੇਰੇ ਰਹਿਣ ਵਸਦੇ, ਭੈਣਾਂ ਮੰਗਦੀਆਂ ਰੱਬ ਤੋਂ ਦੁਆਵਾਂ, ਵੀਰ ਮੇਰੇ ਰਹਿਣ ਵਸਦੇ ਵੇ, ਵੀਰ ਮੇਰੇ ਰਹਿਣ ਵਸਦੇ। ਭੈਣਾਂ ਦੇ, ਬੇਟੀਆਂ ਦੇ, ਮਾਵਾਂ ਦੇ, ਜਿਵੇਂ ਮਾਵਾਂ ਕੋਲੋਂ ਦੁੱਧ ਚੁੰਕ ਲੋਕ ਪੁੱਤ ਨਹੀਂ ਪਿਉਂਦੇ ਪਾਣੀ, ਚੂਰੀਆਂ ਖਵਾਉਣ ਮਾਮਾ ਦੇਸੀ ਘਿਓ 'ਚ ਕੁੱਟ ਕੇ, ਮਾਵਾਂ ਮੂਹਰੇ ਮਾਰਦੇ ਬਗਾ ਕੇ ਸੁੱਕਾ ਟੁੱਕਵੇ, ਮਿਹਨਤ ਤੇਰੀ ਦੇ ਰਹਿਮਤ ਉਹਦੀ, ਹੈ ਨਾ, ਕਹਿੰਦੇ ਵੀ ਮਿਹਨਤ ਕਰੀ ਚਲੋ ਰੱਬ ਆਪੇ ਦਿੰਦਾ ਦਿੰਦਾ ਵਾ, ਬਾਕੀ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਤੇ ਲਾਵੇ ਜਾਂਦਾ ਉਹਦੀ ਹੁੰਦੀ ਹੁੰਦੀ ਰੇਤ। ਵੱਡੇ ਵੱਡੇ ਖੇਤਾਂ ਦੇ ਪਲਾਟ ਕੱਟ ਦਿੱਤੇ, ਹੋ ਵੱਡੇ ਵੱਡੇ ਖੇਤਾਂ ਦੇ ਪਲਾਟ ਕੱਟ ਦਿੱਤੇ, ਵੱਡ ਰੁੱਖਾਂ ਨੂੰ ਪਰਿੰਦਿਆਂ ਦੇ ਘਰ ਢਾ ਗਿਆ। ਚਾਲੀ ਪਿੰਡਾਂ ਦੀ ਜ਼ਮੀਨ ਹੋ, ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ, ਚਾਲੀ ਪਿੰਡਾਂ ਦੀ ਜ਼ਮੀਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ। ਜਦੋਂ ਅਸੀਂ ਗੱਲ ਕਰਦੇ ਹਾਂ ਅਰਲੀ 90s ਦੀ, ਤਾਂ ਉਸ ਵੇਲੇ ਦੇ ਸਿੰਗਰਸ ਦੇ ਵਿੱਚੋਂ ਇੱਕ ਨਾਮ ਹਮੇਸ਼ਾ ਯਾਦ ਆਉਂਦਾ ਹੈ, ਹਮੇਸ਼ਾ ਮੂਹਰੇ ਆਉਂਦਾ ਹੈ, ਉਹ ਹੈ ਪਾਲੀ ਦੇਤਵਾਲੀਆ ਜੀ। ਬਹੁਤ ਸਾਰੇ ਰੈਕਰਡ ਦਿੱਤੇ ਨੇ ਸਾਨੂੰ ਇਹਨਾਂ ਨੇ, ਬਹੁਤ ਸਾਰੇ ਗਾਣੇ ਦਿੱਤੇ ਨੇ ਪੰਜਾਬੀ ਕਲਚਰ ਦੇ ਵਿੱਚ, ਪੰਜਾਬੀ ਸਿੰਗਿੰਗ ਦੇ ਵਿੱਚ ਸਭ ਤੋਂ ਵੱਡਾ ਨਾਮ ਜਿਹੜਾ ਪਾਲੀ ਦੇਤਵਾਲੀਆ ਜੀ ਦਾ ਆਉਂਦਾ ਹੈ। ਇਸ ਤੋਂ ਪਹਿਲਾਂ ਵੀ ਅਸੀਂ ਗੱਲਬਾਤ ਪਾਲੀ ਦੇਤਵਾਲੀਆ ਜੀ ਨਾਲ ਕੀਤੀ ਸੀ, ਅੱਜ ਤੋਂ ਸਾਲ ਪਹਿਲਾਂ ਜਦੋਂ ਗੱਲ ਹੋਈ ਸੀਗੀ,
ਤਾਂ ਹੁਣ ਦੁਬਾਰਾ ਤੋਂ ਉਹਨਾਂ ਦੇ ਕੋਲ ਪਹੁੰਚੇ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਪਿਆਰ ਭਈ ਸਤਿ ਸ਼੍ਰੀ ਅਕਾਲ ਗੱਲ ਇਹ ਵੀ ਤੁਸੀਂ ਇੱਥੇ ਆਏ ਹੋ ਜੀ ਸਦਕੇ ਕਹਿੰਦੇ ਘਰ ਆਇਆ ਅਤੇ ਮਾਂ ਜਾਇਆ ਹੈ ਬਾਕੀ ਸਾਡੇ ਮੱਕੜ ਸਾਹਿਬ ਬੜੇ ਸਤਿਕਾਰਯੋਗ ਨੇ ਮੇਰੀ ਸ਼ੁਰੂਆਤ ਮੇਰੇ ਬੜੇ ਆਰਟੀਕਲ ਉਹਨਾਂ ਨੇ ਮੇਰੀ ਸ਼ੁਰੂਆਤ ਕੀਤੀ ਉਹਨਾਂ ਨੇ ਮੈਂ ਉਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡੀ ਸਾਰੀ ਟੀਮ ਦਾ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਆਪਾਂ ਇੱਕ ਧਾਰਮਿਕ ਗੀਤ ਤੋਂ ਸ਼ੁਰੂ ਕਰੀਏ ਹੋ ਸੂਰਜ ਗਿਆ ਦਾਤੇ ਸੂਰਜ ਗਿਆ ਦਾਤੇ ਰਤਨਾਂ ਦੀ ਖਾਣੀ ਸੂਰਜ ਗਿਆ ਦਾਤੇ ਰਤਨਾਂ ਦੀ ਖਾਣੀ ਸਾਰਿਆਂ ਦੁੱਖਾਂ ਦੀ ਦਾਰੂ ਇੱਕੋ ਗੁਰਬਾਣੀ ਸੂਰਜ ਗਿਆ ਦਾਤੇ ਲੋਕ ਕੋਈ ਵੀ ਕੰਮ ਸ਼ੁਰੂ ਕਰੀਏ ਗੁਰੂ ਮਹਾਰਾਜ ਦਾ ਨਾਂ ਲੈਣਾ ਬੜਾ ਜ਼ਰੂਰੀ ਹੈ ਮਹਾਰਾਜ ਦੇ ਨਾਂ 'ਚ ਬੜੀ ਤਾਕਤ ਆ ਬਾਕੀ ਆਪਾਂ ਗੀਤ ਗਾਣਿਆਂ ਦੀ ਗੱਲ ਕਰਾਂਗੇ ਪਰਿਵਾਰਕ ਗੱਲ ਕਰਾਂਗੇ ਬਾਕੀ ਗੁਰਦੀਪ ਜੀ ਤੁਹਾਡੀ ਪਹਿਲਾਂ ਵੀ ਇੰਟਰਵਿਊ ਸੀ ਉਹ ਵੀ ਉਦੋਂ ਵੀ ਚੰਗਾ ਹੁਕਾਰਾ ਮਿਲਿਆ ਚਲੋ ਬਾਕੀ ਤੁਸੀਂ ਦੱਸੀ ਚੱਲੋ ਮੈਂ ਪੁੱਛੀ ਚੱਲੋ ਮੈਂ ਦੱਸੀ ਚੱਲੋ ਦਿੱਤਲ ਸਾਹਿਬ ਗੱਲ ਕਰਦੇ ਹਾਂ ਅਰਲੀ 90s ਦੀ ਤਾਂ ਜਦੋਂ 90s ਦੀ ਗੱਲ ਕਰਦੇ ਹਾਂ ਨਾ ਉਸ ਵੇਲੇ ਜਦੋਂ ਵੀ ਕਦੇ ਵੀ ਅਸੀਂ ਜਦੋਂ ਛੋਟੇ ਛੋਟੇ ਸੀ ਬਹੁਤ ਛੋਟੇ ਜਦੋਂ ਅਸੀਂ ਸੁਣਦੇ ਹੁੰਦੇ ਤੁਹਾਡੇ ਗਾਣੇ ਨਾ ਜੋ ਉਸ ਵੇਲੇ ਜਦੋਂ ਨਵੇਂ ਨਵੇਂ ਆਉਣੇ ਨਾ ਬਹੁਤ ਛੋਟੇ ਵੀ ਛੋਟੇ ਵੀ ਜਦੋਂ ਸੁਣਨਾ ਨਾ ਅਸੀਂ ਕਹਿਣਾ ਵੀ ਸਾਡੇ ਪਾਲੀ ਦੇਤ ਵਾਲੀ ਜੀ ਆ ਗਏ ਉਹਨਾਂ ਦਾ ਗਾਣਾ ਸੁਣਨਾ ਆ ਉਸ ਵੇਲੇ ਨਾ ਇੱਕ ਤੁਹਾਡਾ ਗਾਣਾ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਇੱਕ ਗਾਣਾ ਸੀਗਾ ਤੁਹਾਡਾ ਉਹ ਗਾਣਾ ਤੁਹਾਡਾ ਜਿਹੜਾ ਗਾਇਆ ਸੀ ਤੁਸੀਂ ਬਹੁਤ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਦੋਂ ਸਪੀਕਰ ਲੱਗਦੇ ਸੀ ਤਾਂ ਬਹੁਤ ਉਹ ਚਲਾਇਆ ਜਾਂਦਾ ਸੀਗਾ ਨਾ ਵਿਆਹ ਸ਼ਾਦੀਆਂ ਦੇ ਵਿੱਚ ਵੀ ਹੋ ਜਾਵੇ ਚਾਹੇ ਨੋਰਮਲ ਯਾਰ ਦੋਸਤ ਬੈਠੇ ਹੋਣ ਤਾਂ ਇੱਕ ਗਾਣਾ ਪਹਿਲਾਂ ਸੁਣਾਇਆ ਜਾਵੇ ਤਾਂ ਕਿ ਆਪਾਂ ਸ਼ੁਰੂਆਤ ਕਰ ਸਕੀਏ ਹੋਰ ਤੁਸੀਂ ਦੇਖੋ ਸਾਡੇ ਸਮਾਜ ਦੇ ਵਿੱਚ ਭੈਣਾਂ ਨੇ ਜਿਹੜੀਆਂ ਨੇ ਮਾਵਾਂ ਨੇ ਸਾਡੀਆਂ ਬੇਟੀਆਂ ਹਮੇਸ਼ਾ ਪੇਕਿਆਂ ਦੀ ਸੁੱਖ ਮੰਗਦੀਆਂ ਹਨ ਉਹਦਾ ਗੀਤ ਛੋਟਾ ਜਿਹਾ ਆਉਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਵੇ ਵੀਰ ਮੇਰੇ ਰਹਿਣ ਵਸਦੇ ਭੈਣਾਂ ਮੰਗਦੀਆਂ ਰੱਬ ਤੋਂ ਦੁਆਵਾਂ ਵੀਰ ਮੇਰੇ ਰਹਿਣ ਵਸਦੇ ਵੇ ਵੀਰ ਮੇਰੇ ਰਹਿਣ ਵਸਦੇ ਗੱਲ ਵੀ ਜਿਹੜੇ ਭੈਣਾਂ ਭਰਾਵਾਂ ਦੇ ਗੀਤ ਨੇ ਨਾ ਗੁਰਦੀਪ ਜੀ ਇਹਨਾਂ 'ਚ ਬੜੀ ਤਾਕਤ ਆ ਇਹਨਾਂ 'ਚ ਧਾਰਮਿਕ ਗੀਤਾਂ ਤੋਂ ਬਾਅਦ ਮੈਂ ਇਹਨਾਂ ਗੀਤਾਂ ਨੂੰ ਦਰਜਾ ਦਿੰਦਾ ਇਹ ਗਾਏ ਵੀ ਬਹੁਤ ਘੱਟ ਗਾਇਕਾਂ ਨੇ ਹਾਂ ਗਾਇਕਾਂ ਨੇ ਚਲੋ ਗਾਏ ਵੀ ਹੋਣਗੇ ਚਲੋ ਆਪਾਂ ਕਹਿੰਦੇ ਹਾਂ ਪਰ ਮੈਨੂੰ ਇਹ ਪਤਾ ਵੀ ਮੈਂ ਬਹੁਤ ਗਿਣਤੀ ਵਿੱਚ ਇਹ ਗੀਤ ਗਾਏ ਆ ਭੈਣਾਂ ਦੇ ਬੇਟੀਆਂ ਦੇ ਮਾਵਾਂ ਦੇ ਜਿਵੇਂ ਮਾਵਾਂ ਕੋਲੋਂ ਦੁੱਧ ਚੌਂਕ ਲੋਕ ਪੁੱਤ ਨਹੀਂ ਪਿਉਂਦੇ ਪਾਣੀ ਚੂਰੀਆਂ ਖਵਾਉਣ ਮਾਮਾ ਦੇਸੀ ਘਿਓ 'ਚ ਕੁੱਟ ਕੇ ਮਾਮਾ ਮੂਹਰੇ ਮਾਰਦੇ ਬਗਾ ਕੇ ਸੁੱਕਾ ਟੁੱਕਵੇ ਬਹੂ ਰਾਣੀ ਜੰਮੇ ਮੇਰੀ ਪੁੱਤਰਾਂ ਦਾ ਜੋੜਾ ਤਾਂ ਵੀ ਪੜ੍ਹਦੀ ਹੈ ਇਹੋ ਗੁਰਬਾਣੀ ਮਾਮਾ ਕੋਲੋਂ ਦੁੱਧ ਚੁੱਕ ਕੇ ਲੋਕ ਪੁੱਤ ਨਹੀਂ ਪਿਆਉਂਦੇ ਪਾਣੀ ਗੱਲ ਹੈ ਵੀ ਇਹ ਜੇ ਗੀਤ ਨੇ ਜਿਵੇਂ ਕਿ ਦਾਜ ਦੇਹ ਦੀ ਆਪਾਂ ਗੱਲ ਕਰ ਲਈਏ ਵੀ ਬਿਨਾਂ ਦਾਜ ਤੋਂ ਸਾੜੀਆਂ ਧੀਆਂ ਦਾ ਕਦੇ ਬਾਬਲ ਬਣ ਕੇ ਦੇਖ ਇਹ ਵੀ ਮੈਂ 20-25 ਸਾਲ ਪਹਿਲਾਂ ਗੀਤ ਗਾਇਆ ਸੀ ਲੋਕ ਬਹੁਤ ਸੁਣਦੇ ਸੀ ਬਾਕੀ ਆਮ ਬੰਦਿਆਂ ਦਾ ਹੁੰਦਾ ਰੁਝਾਨ ਵੀ ਨੱਚਣ ਟੱਪਣ ਵਾਲੇ ਲੋਕ ਜ਼ਿਆਦਾ ਗੀਤ ਸੁਣਦੇ ਆ ਹਾਂ ਨੱਚਣ ਟੱਪਣ ਵਾਲੇ ਹੁੰਦੇ ਆ ਗੀਤ ਫਰ ਦੀ ਟਾਈਮ ਹੁੰਦੇ ਆ ਵਿਆਹ ਸ਼ਾਦੀ ਵਿੱਚ ਅੱਜ ਭੰਗੜਾ ਮੂੜ ਨਾ ਪਾਓ ਮਿੱਤਰੋ ਮੇਰਾ ਗੀਤ ਸੀ ਹੈ ਨਾ ਵਿਆਹ ਵਿੱਚ ਅੱਜ ਯਾਰ ਰੌਣਕਾਂ ਨੇ ਲਾਉਣੀਆਂ ਹਾਂ ਉਹ ਵੀ ਗੀਤ ਹੁੰਦੇ ਆ ਉਹਦੇ ਪਰ ਇਹ ਗੀਤ ਬਹੁਤ ਲੰਬੇ ਸਮੇਂ ਲਈ ਰਹਿੰਦੇ ਆ ਦੇਖੋ ਤੁਸੀਂ ਹੁਣ ਭੈਣ ਭਰਾ ਦੀ ਗੱਲ ਕੀਤੀ ਹੈ ਨਾ ਹੁਣ ਸੰਧਾਰਿਆਂ ਦਾ ਟਾਈਮ ਵੀ ਹੈ ਹੁਣ ਵੀ ਹੈ ਨਾ ਪੇਕੇ ਤੋਂ ਆਉਂਦੇ ਆ ਜਿਹੜਾ ਭਰਾ ਆਉਂਦੇ ਨੇ ਹੈ ਨਾ ਸੰਧਾਰਾ ਬਹੁਤ ਵੱਡੀ ਗੱਲ ਆ ਯਾਰ ਇਹ ਗੱਲ ਵੀ ਭੈਣ ਭਰਾ ਦਾ ਰਿਸ਼ਤਾ ਨਾ ਜਿਹੜਾ ਇਹ ਬੜਾ ਸੱਚਾ ਸੁੱਚਾ ਰਿਸ਼ਤਾ ਮੈਂ ਵੇਖਿਆ ਵੀ ਕੋਈ ਸ਼ਰਾਬੀ ਵੀ ਬੰਦਾ ਹੋਵੇ ਨਾ ਉਸ ਦਿਨ ਬੰਦਾ ਸ਼ਰਾਬ ਤੋਂ ਰਹਿਤ ਰਹੂਗਾ ਉਹਨੂੰ ਪਤਾ ਵੀ ਅੱਜ ਮੇਰੀ ਭੈਣ ਨੇ ਆਉਣਾ ਅਤੇ ਜਾਂ ਮੈਂ ਆਪਣੀ ਭੈਣ ਕੋਲ ਜਾਣਾ ਕਿਉਂਕਿ ਕੋਈ ਪੀਂਦਾ ਖਾਂਦਾ ਵੀ ਹੁੰਦਾ ਨਾ ਪਰ ਤੇਰੇ ਬੰਨਾ ਰੱਖੜੀ ਮਾਈ ਨੂੰ ਮਣ ਮਣ ਚਾਹ ਥੋੜ੍ਹਾ ਗੀਤੇ ਸਾਡੇ ਬੜੇ ਸਤਿਕਾਰ ਜੋ ਸੰਗੀਤ ਦੇ ਜਰਨੈਲ ਸਾਡੇ ਅਹੂਜਾ ਸਾਹਿਬ ਉਹਨਾਂ ਨੇ ਗੀਤ ਰਿਕਾਰਡ ਕੀਤਾ ਸੀਗਾ ਵੇ ਅੰਮਾ ਜਾਇਆ ਸੋਹਣਿਆ ਵੀਰਾ ਅੰਮਾ ਜਾਇਆ ਸੋਹਣਿਆ ਵੀਰਾ
सोने वे मन मोने वीरा मेरी दिलों दुआवे तेरे बना रखड़ी हाय वीरा शगन मनावे तेरे बना रखड़ी उच्चियां हुंदियां विच शरीके पाइयां दे ना पहना हाथ ना सिर ते रखदा कोई वीर जिन्ना दे है ना हाय वीरा बाजों सखणियां जो रोंदियां नीर बहावे तेरे बना रखड़ी हाय वीरा शगन मनावे तेरे बना रखड़ी। तुसी वेखो ना गुरदीप जी जिहड़े ते साडे त्यौहार ने ये रखड़ी तो शुरू होंदे आ ते गल आ भी पहला संधारा हो जाता उस तो बाद रखड़ी ते जिन्ने साडे सियाल च आउण वाले त्यौहार ने ये रखड़ी तो शुरू होंदे आ। मैनू सब तो पवित्र त्यौहार ना जिहड़ा वो रखड़ी लगता क्योंकि रखड़ी आदर मानते ना इलत फिलत नहीं जिम्मे होली है ना ठीक है भी सा बहुत बड़ा त्यौहार है वो कोई रंग पाता कोई नहीं चाहता होंगे है ना दशहरा दिवाली कोई एवं पटाके बड़े बड़े बजा दें है ना। हाँ अच्छा देवी गल करते हैं जो पिंड कोई भी उठता है ना नव नव उठता कोई जिमें हम तुम पिंड उठे जो पाली देताली नाम चलिया थोड़ा पिंड पहला कोई नहीं पहला छेती जान किसी ने छेती नहीं जानता होंगे फिर जो देखता नाम सुनता अगला कहना यार साढ़े पिंड का मुंडा आ साडा भरावा साढ़े नाल पढ़िया साढ़े नाल रहा जो तुम नवे नवे जो कलाकार बने एकदम तुहाडा नाम होया तो पिंड के लोग किदां तुहाडे नाल मतलब उदो ट्रीट करते बाकी गुरदीप गल है भी कहते भी आप चंगा जग चंगा मैं साढ़े पिंड दे जिन्नी साड़ी पंचायत आई ने उन्होंने बड़ा सहयोग मिले पिंड नौजवान दोस्त मेरे हम उम्र ला लो मेरे तो छोटे ला लो सारे का बड़ा सहयोग मिले बाकी गल है भी कहते भी नवे सो गौरा होए मिठत नीमी नानका गुण चकाइया तत् जो तुम आप निम्रता ना रहोगे प्रेम प्यार ना रहोगे ना कहते भी जिन प्रेम कियो तिन ही प्रा पायो तुसी ना तुहानू प्रेम ना प्यार ना प्यार मिलेगा है ना। बहुत जब मेरे पिंड ने मेरी बाँह बहुत बाँह फड़ी है मेरे दोस्त मित्र बहुत चंगे मिले आ बाकी मैनू पता भी मेरे पिंड के लोग बहार बहुत ने वह भी मैं उतों भी फोन करते रहते भी पाली तू पिंड का नाम मशहूर करता मैं ये कहना हूं भी चलो मेरे पिंड का नाम मैं नहीं मशहूर किया मैनू पिंड ने बहुत रस्ता दिता वह मैनू पिंड ने बहुत आसरा दिता भी जिन्हें मेरे पिंड के लोग ने मेरे पिंड के भैन भरा ने उन्हों का मैं बहुत आसरा मिले परमात्मा वर्गा एक मेरा गीत से भी मेरा पिंड मैं लगे मेरी माँ वर्गा ओ कादा शहर विच जीना हो पानी मुल लेके पीना कादा शहर विच जीना पानी मुल लेके पीना ओथे मिले ना नजारा ओथे मिले ना नजारा ठंडी छां वरेगा मेरा पिंड मैनू लगे मेरी मां वरेगा हाय मेरा पिंड मैनू लगे मेरी मां वरेगा। गल भी जिहड़ा पिंड है ना ये च बड़ी ताकत होंदी है मेरा पिंड जिहड़ा देत वाला ना कई मैनू पुछदे आ गुरदीप वे किड्डी कि दूर आ वो मैं कहा मेरे कोल ही पिया पिंड लुधियाणे आ जाइए जिम्मे हुण शहरीकरण हो गया ना पिंडां दी जमीन शहरां दे विच आ गई तो साडा पिंड हुण शहर च ही आ तुहाडा पिंड भी जाली भी शहर च ही है बैंस भी शहर च ही है देतवाल भी शहर च ही है ठीक है थरीकियां दे सामने बद्दवाल दे सामने साडा पिंड देतवाल आ जांदा जी कहिंदे ईसेवाल साडा पिंड नाल आ ठीक है जी साडे पिंड इकट्ठे दाखियां ते हो रहे आ ते बद्दवाल दे अपोजिट आ इंद्रजी हसनपुरी साहब दा मेरे कोल ही पिंड आ इह धरती बड़ी भागां वाली आ बाजी ਇੱਥੇ ਕਲਾਕਾਰ ਪੈਦਾ ਤੁਹਾਡੀ ਗੱਲ ਵਿੱਚ ਟੋਕੇ ਮਾਫ਼ ਕਰਨਾ ਜਿਵੇਂ ਕਹਿੰਦੇ ਨਾ ਵੀ ਹੁਣ ਜਦੋਂ ਕਲਾਕਾਰੀ ਦੇ ਵਿੱਚ ਆਏ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਤੁਸੀਂ ਬਹੁਤ ਗਏ ਹੋਵੋਗੇ ਕਿੰਨੇ ਕੁ ਮੁਲਕ ਘੁੰਮ ਲਏ ਨੇ ਬਹੁਤ ਮੁਲਕ ਕੋਈ ਮਹਾਰਾਜ ਦੀ ਬੜੀ ਕਿਰਪਾ ਰਹੀ ਹੈ ਅਮਰੀਕਾ ਤੋਂ ਸ਼ੁਰੂ ਹੋਏ ਕੈਨੇਡਾ ਅਮਰੀਕਾ ਇੰਗਲੈਂਡ ਇੱਥੇ ਤਾਂ ਮੈਂ ਬਹੁਤ ਬਹੁਤ ਦੱਸਦਾ 15-15 ਮਰੀਜ਼ ਆਏ ਆ ਨਿਊਜ਼ੀਲੈਂਡ ਉੱਥੇ ਵੀ ਕਈ ਗੇੜੇ ਵੱਜ ਗਏ ਆਸਟ੍ਰੇਲੀਆ ਬਾਕੀ ਯੂਰਪ ਵਿੱਚ 22-23 ਕੰਟਰੀ ਆ ਤੁਸੀਂ ਦੇਖ ਲਓ ਉੱਥੇ 12-13 ਕੰਟਰੀਆਂ 'ਚ ਗਏ ਡੁਬਈ ਹੋਰ ਬਹੁਤ ਕੰਟਰੀਆਂ 'ਚ ਸਾਰੇ 'ਚ ਤਕਰੀਬਨ ਮਹਾਰਾਜ ਦੀ ਬੜੀ ਕਿਰਪਾ ਰਹੀ ਹੈ ਉਦੋਂ ਇਹ ਵੀ ਸੀ ਨਾ ਵੀ ਟਾਵਾਂ ਟਾਵਾਂ ਬੰਦਾ ਜਿਹੜਾ ਜਾਂਦਾ ਸੀ ਬਾਹਰਲੇ ਮੁਲਕਾਂ 'ਚ ਹੁਣ ਤਾਂ ਚਲੋ ਕੋਈ ਗੱਲ ਨਹੀਂ ਹੁਣ ਮਹਾਰਾਜ ਦੀ ਕਿਰਪਾ ਉਹਦੀ ਮੈਂ ਇੱਕ ਸ਼ਹਿਰੀਕਰਨ ਦੀ ਗੱਲ ਕਰਦਾ ਸੀ ਵੀ ਸਾਡੇ ਇੱਕ ਦੇਵ ਤਰੀਕੇ ਵਾਲਾ ਜੀ ਉਹ ਸਾਡੇ ਉਸਤਾਦ ਲੋਕ ਉਹਨਾਂ ਦਾ ਲਿਖਿਆ ਕੀ ਸੀ ਸਾਡੇ ਬੜੇ ਸਤਿਕਾਰਯੋਗ ਗੁਰਭਜਨ ਗਿੱਲ ਜੀ ਪ੍ਰੋਫੈਸਰ ਸਾਹਿਬ
उन्होंने मैं उन्हों का लिखा गीत दिता सी भी 40 पिंडा की जमीन लुधियाना खा गया। एक गुरभजन गिल जी का मैं गीत गाया सी भी छेड़ मरदानिया तू सुरा रब रंगिया, बड़ा अच्छा गीत सी। एक बार गा के सुनाया जाए जे तुहाडे कोलों लैन है ना जो लुधियाना जमीन खा गया 40 पिंडा की, वह भी जो तुम माड़ा पट्टा सुना चो भी जे हो सके तो। हो बन गई ने कलोनिया ते रहे नहीं हो खेत। हुण तुसीं देखो पिंडां दे विच तीन तीन मंजिले घर पै गए, घर पै गए, वड्डियां वड्डियां कोठियां तारां आ गईआं, है ना। पिंडां दी जमीन बहुत अपने नेड़े नेड़े पिंडां दी बिक गई, बहुत महंगी बिक गई। हो बन गई ने कलोनिया ते रहे नहीं हो खेत। हो कित नजर ना आउंदी पूरे टिब्बियां दी रेत। वड्डे वड्डे खेतां दे प्लाट कट दिते, हो वड्डे वड्डे खेतां दे प्लाट कट दिते। वड्डे रुखां नूं परिंदियां दे घर ढा गया। 40 पिंडां दी जमीन, हो 40 पिंडां दी जमीन लुधियाना खा गया। 40 पिंडां दी जमीन जिथे मर जो निगाह मार लो कलोनिया ही ने, पिंड तो रहे नहीं है शहर बन चुके ने। चलो चलो अपने पिंड हले थोड़ी थोड़ी जमीन रह गई है, हरियाली देखने हैगी है। अगे कमाद बहुत होंगे सी, हूँ कमाद तो किसी किसी दी है, बाकी हूँ झोने ने टिब्बे होंगे ज्यादा, झोने ने बड़ा जोर फड़ लिया ना। तुम वेख लो भी जरा जो अपना पानी मुकदा जाता ना बहुत दूर हो जाता, भी कुखा बचो धियाँ तो धरती चो पानी इतों मुक गए जो दोवें हो जू खत्म कहानी। ये मेरा पिछे जो गीत आया सी, बड़ा लोग सुन सुनते गीत है। जे साडा पानी मुक गया ना, तुसी वेखो साडे देश नूं असी अन्न पैदा करके दिंदे हां ना, आपां तां 4-5% ही उह च खांदे आ, बाकी सारे देश नूं आपां चौल झोना चावल पैदा करके दिंदे हां ना, ते पानी साडा खत्म हो जांदा। ਸਾਡੇ ਹੁਣ ਕੇਂਦਰ ਸਰਕਾਰ ਸਾਡੀ ਫਿਰ ਵੀ ਗੱਲ ਨਹੀਂ ਸੁਣ ਰਹੀ। ਇੱਕ ਗੱਲ ਦੇਖਿਆ ਕਲਾਕਾਰ ਬਹੁਤ ਘੱਟ ਨੇ ਜਿਹੜੇ ਪਾਣੀ ਦੀ ਗੱਲ ਕਰਦੇ ਨੇ, ਤੁਸੀਂ ਪਾਣੀ ਦੀ ਗੱਲ ਕੀਤੀ ਆ, ਵਾਕਈ ਸ਼ਲਾਘਾਯੋਗ ਹੈ। ਪਾਣੀ ਦਾ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ। ਤੁਸੀਂ ਵੇਖ ਲਓ, ਤੁਸੀਂ ਦੇਖ ਲਓ ਸਾਡਾ ਪਾਣੀ ਮੁੱਕ ਗਿਆ, ਸਾਡਾ ਜੀਵਨ ਕੀ ਹੈ? ਸਾਡੀ ਜਿਹੜੀ ਹਵਾ ਅਸੀਂ ਗੰਧਲੀ ਕਰੀ ਜਾਂਦੇ ਹਾਂ, ਜੇ ਸਾਡੀ ਹਵਾ ਗੰਧਲੀ ਹੋ ਗਈ ਹੈ ਤਾਂ ਧਰਤੀ ਆ ਤੁਸੀਂ ਵੇਖ ਲਓ ਪਵਨ, ਹੈ ਨਾ, ਜੇ ਪਵਨ ਗੁਰੂ ਪਾਣੀ ਪਿਤਾ, ਤੁਸੀਂ ਤੁਸੀਂ ਵੇਖ ਲਓ ਕਿੱਡੀ ਕਿੱਡੀ ਗੱਲ ਹੈ। ਇਸ ਇਹਦੇ ਵਿੱਚ ਸਾਨੂੰ ਨੇੜੇ ਰਹਿਣਾ ਚਾਹੀਦਾ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ, ਇਹ ਮਹਾਰਾਜ ਦਾ ਨਾ ਜਿਹੜੇ ਪੌਣ ਪਾਣੀ ਬਸੰਤਰ, ਤੁਸੀਂ ਆਹ ਦੇਖ ਲਓ ਪੇੜ ਪੌਦੇ ਇਹਨਾਂ ਨੂੰ ਵਸਾਂਭ ਕੇ ਰੱਖਣਾ ਚਾਹੀਦਾ, ਰੁੱਖਾਂ ਅਤੇ ਕੁੱਖਾਂ ਨੂੰ ਬਚਾਓ ਬੇਲੀ, ਔਰ ਰੁੱਖਾਂ ਨੂੰ ਵੀ ਬਚਾਉਣਾ ਚਾਹੀਦਾ। ਜੇ ਆਪਾਂ ਰੁੱਖ ਲਾ ਅਜੇ ਲਾਉਂਦੇ ਤਾਂ ਬਹੁਤ ਨੇ, ਮੈਂ ਦੇਖਿਆ ਰੁੱਖ ਅਤੇ ਇਹ ਪੜਦੇ ਘੱਟ ਨੇ, ਅਤੇ ਜ਼ਰੂਰ ਮੈਂ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਕੋਈ ਬੇਨਤੀ ਕਰੂੰਗਾ ਵੀ ਰੁੱਖਾਂ ਨੂੰ ਜੇ ਲਾਉਂਦੇ ਆ ਨਾ ਪਰਖਾਂ ਨੂੰ, ਇਹਨਾਂ ਨੂੰ ਪਾਲੋ ਵੀ ਬੱਚਿਆਂ ਵਾਂਗੂ ਜ਼ਰੂਰ, ਵੀ ਆਉਣ ਵਾਲੀ ਪਨੀਰੀ ਤੁਸੀਂ ਵੇਖੋ। ਪਿੱਛੇ ਜਦੋਂ ਕਰੋਨਾ ਆਇਆ ਨਾ, ਆਕਸੀਜਨ ਸੀ ਦੁਨੀਆ ਨੂੰ ਮਿਲਦੀ, ਆਕਸੀਜਨ ਕਈ ਬਾਹਰੋਂ ਕੈਂਟਰ ਭਰ ਭਰ ਲਿਆਉਂਦੇ ਆ, ਕਈ ਦੇਸ਼ਾਂ ਨੇ ਵੀ ਸਾਡੀ ਹੈਲਪ ਕੀਤੀ, ਕਈ ਪ੍ਰਾਂਤਾਂ ਨੇ ਵੀ ਕੀਤੀ। ਮੇਰਾ ਕਹਿਣ ਦਾ ਮਤਲਬ ਵਾ ਜਿਵੇਂ ਹੁਣ ਪਿੱਪਲ ਆ, ਬਰੋਟਾ ਵਾ, ਨਿੰਮ ਆ, ਹੈ ਨਾ, ਕਈ ਦਰਖਤ ਇਹੋ ਜਿਹੇ ਆ, ਇਹ ਵੀ ਲਾਉਣੇ ਚਾਹੀਦੇ, ਹੋਰ ਵੀ ਦਰਖਤ ਲਾਓ, ਛਾਂ ਵੀ ਮਿਲਦੀ ਹੈ ਨਾ। ਤੋਂ ਤੁਸੀਂ ਵੇਖੋ ਜੇ ਏ ਸੀ ਰਾਤ ਨੂੰ ਚੱਲਦਾ ਤਾਂ ਇਹਦਾ 100-200 ਬਿੱਲ ਆ ਜਾਂਦਾ ਸਵੇਰ ਨੂੰ, ਹੈ ਨਾ, ਅਤੇ ਜੇ ਦਰਖਤ ਦੇ ਥੱਲੇ ਛਾਂ ਦੇ ਪਿਆ ਕਿਸੇ ਨੇ, ਉਹਨੇ ਬਿੱਲ ਮੰਗਣਾ ਪਾਦੋ, ਕਿੰਨੀ ਕੀ ਠੰਡੀ ਠੰਡੀ ਛਾਂ ਹੁੰਦੀ ਹੈ, ਨਾਲੇ ਤੜਕੇ ਅੱਖ ਜਲਦੀ ਖੁੱਲ ਜਾਂਦੀ ਹੈ। ਹਾਂ, ਨਹੀਂ ਉਹ ਜੀ ਤਾਂ ਹਵਾ ਮਿਲਦੀ ਹੋਈ ਨਹੀਂ। ਹਾਂ, ਅਸੀਂ ਡਾਕਟਰ ਸਾਹਿਬ ਸਟਰਗਲ ਦੀ ਗੱਲ ਕਰ ਲੈਂਦੇ ਹਾਂ, ਤੁਹਾਡੀ ਲਾਈਫ ਦਾ ਸਟਰਗਲ ਕਿਵੇਂ ਰਿਹਾ ਹੁਣ ਤੱਕ? ਸਟਰਗਲ ਦੀ ਗੱਲ ਹੈ ਵੀ ਮੈਂ ਵਾਰ ਦਰਬਾਰ ਤੋਂ ਸ਼ੁਰੂ ਹੋਇਆ ਸਕੂਲ ਤੋਂ, ਬਾਕੀ ਹੌਲੀ ਹੌਲੀ ਮੈਨੂੰ ਮਾਸਟਰ ਟੀਚਰਾਂ ਦਾ, ਸਾਡੇ ਸਰਦਾਰ ਗੁਰਦਿਆਲ ਸਿੰਘ ਜੀ PTI, ਜਦੋਂ ਮੈਂ 10ਵੀਂ ਕਰ ਲਈ ਫਿਰ ਉਹਨਾਂ ਦਾ ਬੜਾ ਆਸਰਾ ਮਿਲਿਆ, ਉਹਨਾਂ ਨੇ ਮੈਨੂੰ ਕਲਾਕਾਰਾਂ ਨੂੰ ਮਿਲਾਇਆ, ਸਾਡੇ ਉਸਤਾਦ ਲੋ ਸੁਰਿੰਦਰ ਛਿੰਦਾ ਜੀ, ਕੁਲਦੀਪ ਮਾਨਕ ਸਾਹਿਬ, ਹੋਰ ਵੀ ਕਾਫੀ ਕਲਾਕਾਰਾਂ ਨੂੰ ਉਹਨਾਂ ਨੇ ਮੈਨੂੰ ਮਿਲਾਇਆ, ਅਤੇ ਬਾਕੀ ਮੈਂ ਤੁਰਦਾ ਗਿਆ। ਜਦੋਂ ਫਸਟ ਟਾਈਮ ਮਿਲੇ ਉਦੋਂ ਦਾ ਕਿਵੇਂ ਰਿਹਾ ਵੀ ਜਦੋਂ ਫਸਟ ਟਾਈਮ ਮਿਲੇ ਕਲਾਕਾਰ? ਕਹਿੰਦਾ ਹਾਂ, ਕਲਾਕਾਰਾਂ ਨੂੰ ਉਦੋਂ ਹੈਰਾਨਗੀ ਵੀ ਹੁੰਦੀ ਸੀ, ਖੁਸ਼ੀ ਵੀ ਹੁੰਦੀ ਸੀ ਉਦੋਂ, ਅਤੇ ਬਾਕੀ ਮੈਂ ਮਿਹਨਤ ਬਹੁਤ ਕੀਤੀ ਆ, ਮੈਂ ਕਹਿੰਦੇ ਵੀ ਮਿਹਨਤ ਤੇਰੀ ਤੇ ਰਹਿਮਤ ਉਹਦੀ, ਹੈ ਨਾ, ਉਹ ਕਹਿੰਦੇ ਵੀ ਮਿਹਨਤ ਕਰੀ ਚਲੋ ਰੱਬ ਆਪ ਹੀ ਦਿੰਦਾ। ਹਾਂ, ਦਿੰਦਾ ਵਾ, ਬਾਕੀ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਅਤੇ ਲਾਵੇ ਜਾਂ ਨਾ ਲਾਵੇ, ਉਹਦੀ ਹੁੰਦੀ ਕਿਰਪਾ।
ਜਿਹੜੇ ਸਕੂਲ ਦੀ ਗੱਲ ਕਰਦੇ ਆਪਾਂ ਪੜ੍ਹਾਈ ਜਿਹੜੀ ਹੈ ਦੇਤਵਾਲ ਪਿੰਡ ਤੋਂ? ਹਾਂ ਦੇਤਵਾਲ 8ਵੀਂ ਅਤੇ 10ਵੀਂ ਮੈਂ ਬਦੋਲ ਕੀਤੀ ਹੈ। ਹਾਂ ਫਿਰ ਮੈਂ ਆਰਟ ਐਂਡ ਕਰਾਫਟ ਕਰਨ ਲੱਗ ਗਿਆ ਅਤੇ ਫਿਰ ਮੈਂ ਕਲਾਕਾਰੀ ਨੂੰ ਸਮਰਪਿਤ ਹੋ ਗਿਆ। ਫਿਰ ਉਦੋਂ ਬਾਅਦ ਗੁਰਦੀਪ ਜੀ ਮੈਂ ਨਾ 20 ਸਾਲ ਪਬਲਿਕ ਰਿਲੇਸ਼ਨ ਕਸਤਬੇ ਪ੍ਰੈਸ ਮੈਕ ਵਿੱਚ ਨੌਕਰੀ ਕੀਤੀ ਹੈ। ਉੱਥੇ ਐਜ ਏ ਕਲਾਕਾਰ ਪੋਸਟ ਸੀ ਮੇਰੀ, ਮੇਰੀ ਵੀ ਏ ਪੰਜਾਬੀ 'ਚ ਦੱਸਦਾ ਲੋਕ ਸੰਪਰਕ ਵਿਭਾਗ, ਇਹ 'ਚ ਮੇਰੀ ਕਲਾਕਾਰ ਦੀ ਪੋਸਟ ਸੀਗੀ। ਮੈਂ ਐਜ ਏ ਕਲਾਕਾਰ ਦੀ ਪੋਸਟ ਸੀ ਅਤੇ ਮੈਂ 20 ਸਾਲ ਨੌਕਰੀ ਕੀਤੀ। ਮੇਰੀ ਵੀ ਆਈ ਪੀ ਨੇ ਡਿਊਟੀ ਰਹੀ ਸੀ, ਮੁੱਖ ਮੰਤਰੀ ਸਾਹਿਬ, DC ਸਾਹਿਬ, ਹੋਰ ਮੰਤਰੀ ਸਾਹਿਬਾਨ, ਇਹਨਾਂ ਦੀ ਸਟੇਜ 'ਤੇ ਪਰਫੋਰਮ ਕਰਨਾ। ਉੱਥੋਂ ਮੈਨੂੰ ਬੜਾ ਆਸਰਾ ਮਿਲਿਆ ਲੋਕ ਸੰਪਰਕ ਵਿਭਾਗ ਦਾ, ਸਾਡੇ DPROs, ਹੋਰ ਕਲੈਰੀ ਕਲਾ ਮਲਾ ਦਾ, ਸਾਡੇ ਕਲਾਕਾਰ ਹੁੰਦੇ ਸੀ, ਉਹਨਾਂ ਤੋਂ ਬੜਾ ਕੁਛ ਸਿੱਖਣ ਦਾ ਬੜਾ ਮੌਕਾ ਮਿਲਿਆ। ਹਾਂਜੀ ਸਰ, ਅੱਜ ਕੱਲ੍ਹ ਦੇ ਯੂਥ ਨੂੰ ਦੇਖੋ, ਲੋਕ ਸੰਪਰਕ ਵਿਭਾਗ ਵਿੱਚੋਂ ਮੈਨੂੰ ਇੱਕ ਸਰਦਾਰ ਨੱਥਾ ਸਿੰਘ ਦਾਲਮ ਜੀ ਸੀਗੇ, ਉਹਨਾਂ ਤੋਂ ਮੈਨੂੰ ਸਰਵ ਸ਼੍ਰੇਸ਼ਠ ਇਨਾਮ ਵੀ ਮਿਲਿਆ ਸੀ ਜਦ ਸਾਡੇ ਕਲਾਕਾਰਾਂ ਦਾ ਮੁਕਾਬਲਾ ਕਰਾਇਆ ਗਿਆ, ਅਤੇ ਉੱਥੋਂ ਇਨਾਮ ਮਿਲਿਆ ਲੋਕ ਸੰਪਰਕ ਵਿਭਾਗ ਨੇ। ਹਾਂ ਬਾ, ਐਤਕੀ ਮੈਨੂੰ ਸ਼੍ਰੋਮਣੀ ਵਾਰਡ ਬਹੁਤ ਵੱਡਾ ਹੁੰਦਾ ਕਲਾਕਾਰ ਲਈ, ਬਿਲਕੁਲ ਬਿਲਕੁਲ, ਭਾਸ਼ਾ ਭਾਗ ਵੱਲੋਂ 2019 ਦਾ ਮੇਰੇ ਖਾਤੇ ਵਿੱਚ ਆ ਗਿਆ। ਜਿਵੇਂ ਅੱਜ ਕੱਲ੍ਹ ਦਾ ਯੂਥ ਆ, ਯੂਥ ਕੀ ਕਰਦਾ, ਜਿਸ ਤਰੀਕੇ ਨਾਲ ਪਹਿਲਾਂ ਚੱਲਦੇ ਹੁੰਦੇ ਸੀ, ਸੌਂਗਸ ਚੱਲਦੇ ਸੀ, ਬਹੁਤ ਪਸੰਦ ਕਰਦੇ ਕਰੇ ਜਾਂਦੇ ਸੀਗੇ, ਹੁਣ ਯੂਥ ਕੀ ਕਰਦਾ ਆ, ਜ਼ਿਆਦਾਤਰ ਹਿਪ ਹੋਪ ਸੌਂਗ ਹੋ ਗਏ, ਵੈਸਟਰਨ ਕਲਚਰ ਹੋ ਗਿਆ, ਉਹਨੂੰ ਅਡੋਪਟ ਕਰਦੇ ਜਾ ਰਹੇ ਨੇ। ਪਰ ਹਾਲੇ ਵੀ ਬਹੁਤ ਸਾਰਾ ਯੂਥ ਇਹੋ ਜਿਹਾ ਜੋ ਸਾਡੇ ਵਰਗਾ ਹਾਲੇ ਵੀ ਕਲਾਸਿਕ ਸੁਣਦਾ ਆ, ਹਾਲੇ ਵੀ ਪਸੰਦ ਕਰਦਾ ਵਾ ਨਾ, ਵੀ ਅਸੀਂ ਉਹ ਸਾਡਾ ਪੁਰਾਣੇ ਵਾਲਾ ਹਿਸਾਬ ਹੋਵੇ ਵੀ ਅਸੀਂ ਸੁਣੀਏ, ਆਰਾਮ ਦੇ ਨਾਲ ਬੈਠੇ ਹੋਈਏ, ਲਾਈਵ ਕੰਸਰਟ ਹੋਵੇ ਤਾਂ ਲਾਈਵ ਦੇਖੀਏ। ਉਹ ਲਾਈਵ ਅੱਜ ਕੱਲ੍ਹ ਕਿਸੇ ਕੋਲ ਗਾਇਆ ਨਹੀਂ ਜਾਂਦਾ, ਤੁਸੀਂ ਲਾਈਵ ਗਾ ਦਿੰਦੇ ਸੀਗੇ। ਲਾਈਵ ਦੀ ਗੱਲ ਹੈ ਗੁਰਦੀਪ, ਬਾਕੀ ਜੇ ਬੰਦਾ ਇਹਨੇ ਮਿਹਨਤ ਨਾਲ ਸਿੱਖਿਆ ਹੋਵੇ ਅਤੇ ਮਿਹਨਤ ਨਾਲ ਰਹਿਸਲਾ ਕੀਤੀ ਹੋਣ ਨਾ, ਜ਼ਰੂਰ ਬੰਦਾ ਆਪਣੇ ਬਹੁਤ ਅੱਛੇ ਅੱਛੇ ਕਲਾਕਾਰ ਨੇ ਜਿਹੜੇ ਲਾਈਵ ਪ੍ਰੋਗਰਾਮ ਬਹੁਤ ਅੱਛਾ ਦਿੰਦੇ ਆ, ਮੈਂ ਵੀ ਉਹਨੂੰ ਦੇਖਦਾ ਵੀ ਹਾਂ, ਉਹਨਾਂ ਨੂੰ ਸੁਣਦਾ ਵੀ ਹਾਂ। ਬਾਕੀ ਜੇ ਆਪਾਂ ਕਹੀਏ ਵੀ ਨਵੇਂ ਜਿਹੜੇ ਕਲਾਕਾਰ ਨਾ, ਨਵੇਂ ਕਲਾਕਾਰਾਂ 'ਚੋਂ ਕਾਫੀ ਕਲਾਕਾਰ ਬਹੁਤ ਅੱਛੇ ਵੀ ਆ, ਬਹੁਤ ਅੱਛੇ ਅੱਛੇ ਉਹਨਾਂ ਨੇ ਧਾਰਮਿਕ ਗੀਤ ਵੀ, ਸਾਡੇ ਸੱਭਿਆਚਾਰ ਗੀਤ ਵੀ ਬਹੁਤ ਅੱਛੇ ਅੱਛੇ ਗਾਏ ਆ, ਉਹਨਾਂ ਦੀ ਮਾਰਕੀਟ ਵੀ ਹੈ। ਮੈਂ ਤਾਂ ਉਹਨਾਂ ਨੂੰ ਚਲੋ ਸ਼ੁਭ ਸ਼ਾਮਾਂ ਦਿੰਦਾ ਵੀ ਹੋਰ ਤਰੱਕੀ ਕਰਨ, ਬਾਕੀ ਜਿਹੜੇ ਨਵੇਂ ਆ ਚਲੋ ਕੋਈ ਨਹੀਂ, ਜਾਣੇ ਨਹੀਂ ਜਾਣੇ, ਸਾਥੋਂ ਵੀ ਗਲਤੀਆਂ ਹੋ ਜਾਂਦੀਆਂ, ਹਰ ਬੰਦਾ ਜੇ ਕੋਈ ਕੰਮ ਕਰੂ ਤਾਂ ਉਹ ਗਲਤੀ ਵੀ ਹੋ ਜਾਂਦੀ ਹੈ, ਇੱਕ ਪ੍ਰਾਇਮਰੀ, ਮਿਡਲ, 10ਵੀਂ, BA, MA ਹੋ ਜਾਂਦੀ ਹੈ, ਫਿਰ ਬੰਦਾ ਸੁਧਰ ਵੀ ਜਾਂਦਾ ਅਤੇ ਉਹਨੂੰ ਆਸਰਾ ਵੀ ਮਿਲ ਜਾਂਦਾ। ਫਿਰ ਉਹਨੂੰ ਜਦੋਂ ਪੈਸੇ ਆਉਣ ਲੱਗ ਜਾਂਦੇ, ਕਹਿੰਦੇ ਜਿਹਦੇ ਘਰ ਦਾਣੇ ਤੋਂ ਉਹਦੇ ਕਮਲੇ ਸਿਆਣ, ਫਿਰ ਉਹਨੂੰ ਚੰਗੇ ਗੀਤ ਵੀ ਔਡਰਨ ਲੱਗ ਜਾਂਦੇ, ਹੈ ਨਾ। ਹਾਂ ਕੋਈ ਨਹੀਂ, ਜਿਹੜੇ ਭੁੱਲਿਆ ਨਾ ਜਾਣੀਏ, ਜਿਹੜਾ ਰਾਹ ਪੈ ਜਾਵੇ ਠੀਕ ਹੋ ਜਾਣਾ ਹੌਲੀ ਹੌਲੀ। ਮੈਂ ਤਾਂ ਇਹ ਕਹੂੰਗਾ ਵੀ ਆਪਾਂ ਇਕੱਠੇ ਹੋ ਕੇ ਹੰਬਲਾ ਮਾਰੇ, ਕਈ ਵੀ ਕਲਾਕਾਰਾਂ ਨੂੰ ਆਪਾਂ ਲੋਕਾਂ ਕੋਲ ਆਂਬੇ ਦਿੰਦੇ ਹਾਂ, ਗੀਤਕਾਰਾਂ ਨੂੰ, ਸੰਗੀਤਕਾਰਾਂ ਨੂੰ। ਮੈਂ ਤਾਂ ਇਹ ਬੇਨਤੀ ਕਰੂੰਗਾ ਸਾਰੇ ਦੋਸਤਾਂ ਭੈਣ ਭਰਾਵਾਂ ਨੂੰ, ਕਲਾਕਾਰਾਂ ਨੂੰ ਵੀ, ਗੀਤਕਾਰਾਂ ਨੂੰ ਵੀ, ਆਪਾਂ ਅਤੇ ਸਰੋਤਿਆਂ ਨੂੰ ਖਾਸ ਕਰਕੇ ਵੀ ਆਪਾਂ ਇਕੱਠੇ ਹੋ ਕੇ ਹੰਬਲਾ ਮਾਰੀਏ ਅਤੇ ਸਾਰੇ ਅਸੀਂ ਚੰਗੇ ਗੀਤ ਗਾਈਏ, ਗੀਤਕਾਰ ਚੰਗਾ ਗੀਤ ਲਿਖੇ, ਹੈ ਨਾ, ਸੰਗੀਤਕਾਰ ਬਹੁਤ ਚੰਗਾ ਸੰਗੀਤ, ਅਤੇ ਖਾਸ ਕਰਕੇ ਸਰੋਤੇ ਚੰਗੇ ਗੀਤ ਸੁਣਨ ਅਤੇ ਆਪਾਂ ਇਕੱਠੇ ਹੋ ਕੇ ਹੰਬਲਾ ਮਾਰੀਏ। ਬਹੁਤ ਬਹੁਤ ਧੰਨਵਾਦ ਜੀ ਆਪਣਾ ਟਾਈਮ ਦੇਣ ਦੇ ਲਈ। ਸ਼ੁਕਰੀਆ ਸ਼ੁਕਰੀਆ। ਗੱਲ ਇਹ ਗੁਰਦੀਪ, ਗੱਲ ਇਹ ਵੀ ਜਿਹੜੀ ਇੰਟਰਵਿਊਜ਼ ਹੁੰਦੀਆਂ ਨਾ, ਇਹ ਤੁਹਾਡਾ ਵੀ ਬੜਾ ਧੰਨਵਾਦ ਆ। ਇੱਕ ਸਾਡੇ, ਮੈਂ ਪਿੱਛੇ ਜੇ ਗੀਤ ਗਾਇਆ ਸੀ ਛੋਟਾ ਜਿਹਾ, ਮੈਂ ਉਹ ਕਹਿਣਾ ਚਾਹੁੰਦਾ ਤੁਹਾਡੇ ਦੀ, ਵੀ ਸਾਡੇ ਬੱਚੇ ਆ ਨਾ ਜਿਹੜੇ ਨਸ਼ੇ ਪੱਤੇ ਦੀ ਗੱਲ ਕਰਦੇ ਆ, ਕਹਿੰਦੇ ਵੀ ਬੋਤਲ ਦਾ ਸ਼ਕੀਨਾ ਇੱਕ ਦਿਨ ਲੁੱਟਿਆ ਜਾਵੇਗਾ ਅਤੇ ਖਾਲੀ ਬੋਤਲ ਵਾਂਗੂ ਕਬਾੜ 'ਚ ਸੁੱਟਿਆ ਜਾਵੇਗਾ, ਬਚਦਾ ਨਹੀਂ ਉਹ ਬੰਦਾ ਜਿਹਦੇ ਖੰਜਰ ਖੁੱਭ ਜਾਵੇ ਅਤੇ ਲੱਗਦਾ 5 ਦਰਿਆ ਦੀ ਧਰਤੀ 6ਵੇਂ ਵਿੱਚ ਨਾ ਡੁੱਬ ਜਾਵੇ। ਨਸ਼ੇ ਪੱਤੇ ਤੋਂ ਵੀ ਬਚਣਾ ਆਪਾਂ, ਅਤੇ ਰੁੱਖਾਂ ਦੀ ਸੰਭਾਲ ਕਰਨੀ ਆ, ਠੀਕ ਹੈ ਜੀ, ਅਤੇ ਪਾਣੀ ਨੂੰ ਬਚਾ ਕੇ ਰੱਖਣਾ। ਅਤੇ ਇੱਕ ਸਾਡੀਆਂ ਬੇਟੀਆਂ ਨੂੰ ਮੈਂ ਸੁਨੇਹਾ ਦੇਣਾ ਚਾਹੂੰਗਾ ਵੀ ਜਿੱਥੇ ਤੁਹਾਡਾ ਭਰਾ ਖਿਆਲ ਰੱਖਦੇ ਆ, ਸਾਡੇ ਪਿਓ ਤੁਹਾਡੇ, ਤੁਹਾਡੇ ਬਾਪ ਖਿਆਲ ਰੱਖਦਾ, ਤੁਹਾਡੀ ਮਾਂ ਖਿਆਲ ਰੱਖਦੀ ਹੈ, ਅਤੇ ਤੁਸੀਂ ਉਹਨਾਂ ਦੀ ਚਿੱਟੀ ਚੁੰਨੀ ਨੂੰ ਦਾਗ ਨਾ ਲੱਗਣ ਦਿਓ ਅਤੇ ਬਾਪ ਦੀ ਪੱਗ ਨਾ ਮੈਲੀ ਹੋਣ ਦਿਓ ਅਤੇ ਭਰਾਵਾਂ ਦੀ ਹਮੇਸ਼ਾ ਟੌਰ ਬਣਾ ਕੇ ਰੱਖਿਓ। ਛੋਟਾ ਜਿਹਾ ਗੀਤ ਜੀ, ਜ਼ਰੂਰ ਜੀ। ਹੋ ਪੰਜਾਬ ਦੀ ਏ ਸੁਣ ਕੁੜੀਏ ਨੀ, ਹੋ ਪੰਜਾਬ ਦੀ ਏ ਸੁਣ ਕੁੜੀਏ ਨੀ, ਹੋ ਕਦੇ ਗਲਤ ਰਹੀ ਨਾ ਮੁੜੀਏ ਨੀ, ਇੱਥੇ ਠੱਗਦਾ ਫਿਰਦੇ ਗਲੀ ਗਲੀ, ਇੱਥੇ ਠੱਗਦਾ ਫਿਰਦੇ ਗਲੀ ਗਲੀ, ਤੈਨੂੰ ਲੈਣਗੇ ਠੱਗ ਕੁੜੇ, ਤੇਰੇ ਪਿਆਰਾਂ ਤੋਂ ਵੱਧ ਲੱਖ ਗੁਣਾ, ਤੇਰੇ ਪਿਓ ਦੀ ਪੱਗ ਕੁੜੇ, ਤੇਰੇ ਪਿਆਰਾਂ ਤੋਂ ਵੱਧ ਲੱਖ ਗੁਣਾ, ਤੇਰੇ ਪਿਓ ਦੀ ਪੱਗ ਕੁੜੇ। ਸ਼ੁਕਰੀਆ ਤੁਹਾਡਾ ਵੀ ਸਾਰੇ ਦੋਸਤਾਂ, ਮੱਕੜ ਸਾਹਿਬ ਹੋਣਾਂ ਦਾ ਖਾਸ ਕਰਕੇ, ਉਹਨਾਂ ਦਾ ਮੈਨੂੰ ਬਹੁਤ ਅਸ਼ੀਰਵਾਦ ਮਿਲਿਆ।
गुरदीप जी तुहाडा भी कैमरामैन साहब सारे का बड़ा धन्यवाद शुक्रिया थैंक यू सो ये सन पाली देतवालिया जी अजिहे कलाकार बहुत घट ने जो विरसे की गल करते हैं पंजाब की गल करते हैं पंजाब के पानिया की गल करते हैं बहुत जे कलाकार आए हैं लेकिन किसी कलाकार ने पंजाब के लिए जोड़े है छेती हमला नहीं मारे छेती गल नहीं चकी लेकिन पाली देतवालिया के वलों जो भी कदे किसी भी चैनल पर इंटरव्यू की जाती है तो पंजाब की गल जरूर करते हैं पंजाब के विरसे की गल जरूर करते हैं सो इदा दी स्टोरीज लैके हाजिर होवे तद तक लिए देख रहे हो लुधियाना टाइम्स कैमरामैन दीपक खीवा दे नाल गुरदीप सिंह लम्मे लुधियाना।